ਕੀਤਾ, ਕੋਈ ਕਮੀ ਨੀ ਤੇਰੀ ਸ਼ਾਨ ਅੰਦਰ, ਜੇਕਰ ਗਾਫਲਾ ਬਹੁਤ ਹੈ ਸ਼ੱਕ ਤੈਨੂੰ, ਪਰ ਕੇ ਦੇਖ ਲੈ ਪਾਕ ਕੁਰਾਨ ਅੰਦਰ, ਤੈਨੂੰ ਅਸ਼ਰਫੁਲ ਮਖਲੂਕਾਤ ਕਹਿੰਦੇ ਪਰ ਨਬੀ ਦੇ ਰੋ ਫਰਮਾਨ ਅੰਦਰ। ਗੱਲ ਇਹ ਆ, ਸ਼ਾਇਰ ਲਿਖਦਾ ਕਹਿੰਦਾ ਕਿ ਅਵਲ ਹਮਦ ਖੁਦਾ ਨੂੰ ਜਿਸ ਦੀਆਂ ਆਲੀ ਸ਼ਾਨਾ ਕੋਈ ਸ਼ਰੀਕ ਨਹੀਂ ਉਸਦਾ, ਵਿੱਚ ਜ਼ਮੀਨ ਅਸਮਾਨਾ, ਬਾਅਦ ਦਰੂਦ ਰਸੂਲ ਨੂੰ ਮੈਂ ਪੇਸ਼ ਕਰਾਂ ਨਜ਼ਰਾਨਾ, ਯਾ ਅਲੀ ਦਾ ਨਾਮ ਪੁਕਾਰੀਏ ਕਿਤੇ ਮੁਸ਼ਕਲ ਹੋਣ ਆਸਾਨਾ। ਜੀ ਫਤਿਹ ਖੁਦਾ ਦੇ ਸ਼ੇਰ ਦੀ, ਹਰ ਹਰ ਵਿੱਚ ਮਦਾਨਾ, ਮੰਨੀਏ ਬੀਬੀ ਫਾਤਮਾ, ਜੰਨਤ ਮਿਲਣ ਮਕਾਨਾ, ਹਸਨ ਹਸੈਨ ਅਮਾਮ ਤੋਂ ਗੋਲ ਕਮਾਈਏ ਜਾਨਾ, ਸਦਕਾ ਪੰਜ ਦਿਨ ਭਾਗਦਾ, ਯਾ ਮਾਲਕ ਰਹਿਮਾਨਾ, ਇੱਕ ਸਭ ਦੀਆਂ ਸ਼ਰਮਾ ਰੱਖ ਲਈ ਮੇਰੇ ਮਾਲਕਾ, ਕਿਤੇ ਅੰਦਰ ਦੋ ਜਹਾਨਾ, ਕਿ ਰੱਬ ਦੇ ਆਸ਼ਕਾ ਦੀ ਤਾਰੀਫ ਕਰਦਾ ਭਲਾ ਕੈਸੇ, ਕੈਸੇ ਬਿਆਨ ਕਰਕੇ ਦੱਸਦਾ ਬੱਲੇ।
ਜੋ ਬੱਚਾ ਬੱਚਾ ਸ਼ਹਿਰ ਦਾ ਹੈ ਮੇਰੀ ਕਚਹਿਰੀ ਚ ਆ ਕੇ ਹੱਥ ਜੋੜ ਕੇ ਗਲ ਚ ਪੱਲੇ ਪਾ ਕੇ ਇੱਕ ਘੰਟਾ ਵਾਸਤੇ ਕਹਿ ਕੇ ਜਾਇਆ ਕਰੋ, ਰੱਬ ਜੀ ਫੇਰ ਆਪੋ ਆਪਣੇ ਕਾਰੋਬਾਰ ਨੂੰ ਜਾਓ। ਸਾਰੀ ਦੁਨੀਆ ਇਸੇ ਤਰ੍ਹਾਂ ਕਰੇ। ਹੋਇਆ ਇੱਕ ਨਮਰੂਦ ਬਾਦਸ਼ਾਹ ਕਾਫਰ ਬੇਈਮਾਨ ਅੰਦਰ ਬਾਬਲ ਸ਼ਹਿਰ ਦੇ, ਉਸਦਾ ਤਖ਼ਤ ਪਹਿਚਾਣ ਕੁੱਲ ਰੂਹੇ ਜ਼ਮੀਨ ਦਾ ਬਾਦਸ਼ਾਹ, ਉਹ ਰੱਖਦਾ ਵੱਡੀ ਸ਼ਾਨ, ਉਹ ਖੁਦ ਖੁਦਾ ਕਹਾਮਦਾ ਵਿੱਚ ਜ਼ਮੀਨ ਅਸਮਾਨ ਬੋਲੇ ਨਾਲ ਹਕਾਰ ਦੇ ਖਿੱਚਦਾ ਖੁਦੀ ਕਮਾਣ, ਕਹਿੰਦਾ ਮੇਤੇ ਵੱਡਾ ਕੌਣ ਆ ਇਸ ਦੁਨੀਆਂ ਵਿੱਚ ਇਨਸਾਨ ਹਰ ਇੱਕ ਬੰਦੇ ਬਸ਼ਰ ਦੀ, ਮੇਰੇ ਹੱਥ ਵਿੱਚ ਜਾਨ ਕਿਸੇ ਮਾਰਾ ਕਿਸੇ ਛੱਡਦਿਆਂ, ਬੋਲੇ ਸਖ਼ਤ ਜ਼ਬਾਨ ਵੀ ਸ਼ਹਿਰ ਦੀ, ਉਸਨੇ ਬਣਾਇਆ ਇੱਕ ਮਕਾਨ ਬੁੱਤ ਬਣਾ ਕੇ ਉਸਨੇ ਰੱਖੇ ਵਿੱਚ ਨਿਸ਼ਾਨ ਪੂਜਾ ਕਰਦੇ ਬੁੱਤਾਂ ਦੀ, ਉਹ ਮਰਦੂਰ ਸ਼ੈਤਾਨ ਨਿੱਤ ਸਵੇਰੇ ਉੱਠ ਕੇ ਦੁਨੀਆਂ ਪੱਥਰ ਦੇ ਬੱਟਿਆਂ ਨੂੰ ਮੱਥਾ ਟੇਕੀ ਆਣ, ਦੁਨੀਆਂ ਵੀ ਝੂਠੇ ਰੱਬ ਤੇ ਲੈ ਈਮਾਨ, ਮੈਂ ਝੂਠ ਜਰਾ ਨਹੀਂ ਬੋਲਦਾ, ਨਾ ਸਮਝੋ ਝੂਠ ਤੂਫਾਨ, ਭਾਈ ਸਾਹਿਬ ਅੱਖੀ ਪੜ ਕੇ ਦੇਖ ਲਓ ਇਹੋ ਲਿਖਿਆ ਵਿੱਚ ਕੁਰਾਨ। ਉਹ ਜਿਹੜਾ ਨਮਰੂਦ ਬਾਦਸ਼ਾਹ ਸੀ ਇੱਕ ਦਿਨ ਮਹੱਲਾ ਅੰਦਰ ਸੌਂ ਗਿਆ, ਸੁੱਤੇ ਨੂੰ ਸੁਖਨਾ ਆ ਗਿਆ, ਖੁਆਬ ਵੀ ਆਖ ਲੈਂਦਾ, ਲਓ ਜੀ ਬਾਬਾ ਸਿਫਤਾਂ ਤੇਰੀਆਂ ਤੇਰੇ ਭੇਤ ਨੇ ਆ ਰਹੇ। ਇੱਕ ਦਿਨ ਮਹੱਲਾ ਅੰਦਰ ਸੌਂ ਗਿਆ, ਚੜ ਕੇ ਵਿੱਚੋਂ ਆ ਰਹੇ ਅੱਧੀ ਰਾਤ ਪਹਿਰ ਦੇ ਤੜਕੇ, ਉਹਨੂੰ ਲੱਗੇ ਹੋਣ ਇਸ਼ਾਰੇ, ਉਹਨੂੰ ਸੁੱਤੇ ਨੂੰ ਸੁਖਨਾ ਆ ਗਿਆ, ਲੱਗੇ ਪੈਣ ਪੁਆੜੇ, ਇੱਕ ਤਾਰਾ ਚੜਿਆ ਲਹਿੰਦੇ ਹੋ ਜਿਹੜਾ ਮਾਰ ਰਿਹਾ ਚਮਕਾਰੇ, ਉਹਦੇ ਵਿੱਚੋਂ ਉਸਨੇ ਦੇਖੇ ਔਰ ਨਜ਼ਾਰੇ, ਜਲਮਲ ਜਲਮਲ ਕਰਦੇ ਨਿਕਲੇ ਔਰ ਸਤਾਰੇ, ਉਹਨਾਂ ਵਿੱਚ ਔਰ ਸਤਾਰਾ ਜਿਸਦੇ ਰਾਜ ਨਿਆਰੇ, ਉਹ ਤਾਰਾ ਜਿਹਾ ਰੋਸ਼ਨ ਹੋਇਆ ਤੇ ਮੱਧਮ ਹੋ ਗਏ ਸਾਰੇ, ਉਹ ਸੀ ਨੂਰੀ ਸ਼ਕਲਾਂ ਵਾਲੇ ਰੁਤਬੇ ਜਿਨ੍ਹਾਂ ਦੇ ਪਾਰੇ, ਉਸਦੇ ਅੱਗੇ ਸਜਦਾ ਕਰਦੇ ਪੜ੍ਹਦੇ ਹਮਦ ਗੁਫਾਰੇ, ਪਹੁ ਫੱਟੀ ਦਿਨ ਚੜ ਪਿਆ ਮਾਰੇ ਸੂਰਜ ਨੇ ਚਮਕਾਰੇ, ਕਾਫਰ ਉੱਠ ਕੇ ਪਲੰਗ ਤੇ ਬਹਿ ਗਿਆ, ਦਿਲ ਵਿੱਚ ਬਾਤ ਵਿਚਾਰੇ, ਰਾਤ ਦਾ ਸੁਖਨਾ ਯਾਦ ਕਰਕੇ ਰੋ ਰੋ ਮਾਰਦਾ ਨਾਰੇ, ਸਦਕੇ ਨਜੂਮੀ ਆਪਣਾ ਹਾਲ ਸੁਣਾਉਂਦਾ ਸਾਰੇ, ਉਹ ਪੁਸਤਕ ਬਾਤ ਨਜੂਮੀਆਂ, ਇਹ ਕੀ ਲਿਖਿਆ ਭਾਗ ਹਮਾਰੇ। ਸਿਆਣੇ ਦੱਸਦੇ ਨਜੂਮੀ ਹੁੰਦੇ ਸੀ, ਨਜੂਮੀ ਨੂੰ ਆਵਾਜ਼ ਮਾਰੀ, ਨਜੂਮੀਆਂ ਮੈਨੂੰ ਇਸ ਤਰ੍ਹਾਂ ਸੁਖਨਾ ਆਇਆ, ਇੱਕ ਤਾਰਾ ਚੜਿਆ ਉਹ ਛੁਪ ਗਿਆ, ਉਹਦੇ ਵਿੱਚੋਂ ਔਰ ਤਾਰੇ ਨਿਕਲੇ, ਇੱਕ ਐਸਾ ਤਾਰਾ ਚੜਿਆ ਜਿਹੜਾ ਸਾਰੇ ਤਾਰਿਆਂ ਉੱਤੋਂ ਦੀ ਛਾ ਗਿਆ, ਇਹਦਾ ਕੀ ਮਤਲਬ ਆ। ਜਨਾਬ ਨਜੂਮੀ ਨੇ ਕਿਤਾਬ ਖੋਲੀ, ਰਮਲ ਸਟਿਆ ਚੁੱਪ ਕਰਕੇ ਬਹਿ ਗਿਆ, ਉਹਨੇ ਕਿਹਾ ਨਜੂਮੀਆਂ ਦੱਸਦਾ ਨੀ ਕੋਈ ਐਸੀ ਗੱਲ ਆ, ਉਹਨੇ ਕਿਹਾ ਹਾਂ ਸਾਡਿਆ ਰੱਬਾ ਜੇ ਮੈਂ ਦੱਸ ਦਿੱਤਾ ਤੂੰ ਹੁਣੇ ਗੱਲ ਘੁੱਟ ਕੇ ਮਾਰ ਦੇਣਾ, ਉਹਨੇ ਕਿਹਾ ਨਹੀਂ ਨਹੀਂ ਜਾਂ ਤੂੰ ਆ ਜਾਂ ਮੈਂ ਆ, ਤੀਸਰਾ ਬੰਦਾ ਆਪਣੇ ਪਾਸ ਕੋਈ ਨਹੀਂ। ਨਜੂਮੀ ਕਹਿਣ ਲੱਗਾ ਬਾਦਸ਼ਾਹ ਸਲਾਮਤ ਦਿਲ ਦੇ ਕੰਨਾਂ ਨਾਲ ਸੁਣ ਲਈ, ਅੱਲਾ ਦੀ ਜਾਤ ਬਾਗ ਨੇ ਸੱਚਾ ਨਬੀ ਪੈਦਾ ਕਰਨਾ ਜਿਹਨੇ ਤੇਰੇ ਕੁਫਰ ਨੂੰ ਖਤਮ ਕਰ ਦਿੱਤਾ। ਲਓ ਜੀ ਅੱਗੋਂ ਨਜੂਮੀ ਬੋਲਿਆ, ਹੱਥ ਬੰਨ ਕੇ ਅਰਜ਼ ਗੁਜ਼ਾਰੀ, ਪੁਸਤਕ ਬਾਤ ਨਜੂਮ ਦੀ ਕਰਦਾ ਗਿਰਿਆ ਜਾਰੀ, ਜਿਹੜਾ ਤਾਰਾ ਚੜ੍ਹਦਾ ਦੇਖਿਆ ਮੈਂ ਪੁਸਤਕ ਬੈਠ ਵਿਚਾਰੀ, ਮੇਰੇ ਦੇਖਣ ਦੇ ਵਿੱਚ ਆਉਂਦਾ ਤੈਨੂੰ ਪਵੇ ਮੁਸੀਬਤ ਭਾਰੀ, ਇੱਕ ਲੜਕਾ ਪੈਦਾ ਹੋਣਾ ਜਿਸ ਦੀ ਸ਼ਕਲ ਪਿਆਰੀ, ਕਲਮਾ ਆਪਣੇ ਨਾਮ ਦਾ ਕਰ ਸੀ ਵੀ ਦੁਨੀਆਂ ਦੇ ਯਾਰੀ, ਵਿਗੜ ਜਾਊ ਇੱਕ ਪਲ ਦੇ ਅੰਦਰ ਤੇਰੀ ਰਹੀਏ ਸਾਰੀ, ਸਭ ਤੋਂ ਪਹਿਲਾਂ ਮੁਸਲਮਾਨ ਹੋਊਗੀ ਕਾਫਰਾ, ਤੇਰੀ ਧੀ ਕੁਆਰੀ ਆਣ ਕੇ ਨਜੂਮੀ ਕਸੇ ਜਵਾਬ ਕਰਕੇ ਦੱਸਦਾ। ਤਾਰਾ ਚੜ੍ਹਦਾ ਦੇਖਿਆ ਮੈਂ ਪੁਸਤਕ ਬੈਠ ਵਿਚਾਰੀ।
ਤੇਰੇ ਖੁਆਬ ਦਾ ਮਤਲਬ ਆ ਆ ਅੱਲਾ ਦਾ ਨਬੀ ਪੈਦਾ ਹੋਣਾ ਜਿਹਨੇ ਤੇਰੇ ਕੁਫਰ ਨੂੰ ਖਤਮ ਕਰ ਪੈਦਾ ਹੁਮਣ ਹਾਰਾ ਕੁੱਲ ਦੇ ਬੱਚੇ ਕਤਲ ਕਰਾ ਦਿਓ ਕਹੇ ਬਗਾਰਤ ਭਾਰਾ ਦਿਨ ਦੀਵੇ ਵਿੱਚ ਬਾਜ਼ਾਰ ਦੇ ਪੈ ਗਿਆ ਯਾਰੋ ਤਾੜਾ ਜਿਹਨਾਂ ਮਾਮ ਦੇ ਬੱਚੇ ਮਰ ਗਏ ਲੱਗਾ ਸੀਨੇ ਵਿੱਚ ਦਗਾੜਾ ਪੁੱਤਰਾ ਵਾਲੇ ਸਰਵੰਗ ਨਹੀਂ ਰਹਿ ਕੇ ਗਿਆ ਸਹਾਰਾ ਪੁੱਤ ਵਿਕ ਦਿਨ ਵਿੱਚ ਬਾਜ਼ਾਰ ਦੇ ਕਿਤੋਂ ਲੱਭਦਾ ਨਹੀਂ ਹੈ ਧਾਰਾ ਘਰ ਘਰ ਕੂਕਾਂ ਪੈਂਦੀਆਂ ਮੇਰਾ ਛੁਪ ਗਿਆ ਪੁੱਤ ਵਸਤਾਰਾ ਕੋਈ ਕਹਿੰਦੀ ਅਜੇ ਮੂੰਹ ਨਹੀਂ ਦੇਖਿਆ ਐ ਮੇਰਿਆ ਦਲਦਾਰਾ ਜ਼ੁਲਮ ਕਮਾਵੇ ਜ਼ਾਲਮਾ ਹੋਵੇ ਦੋਜਕ ਦਾ ਭੰਡਾਰਾ ਤੇਰਾ ਭਰ ਕੇ ਪੀੜਾ ਡੁੱਬ ਜਾ ਘਰ ਕੇ ਰਾਜ ਦੁਆਰਾ ਤੇਰੇ ਅੱਗੇ ਆਵੇ ਜ਼ਾਲਮਾ ਜੋ ਕੀਤਾ ਤੂੰ ਵਰਤਾਰਾ ਮੇਰੇ ਸੁਣਨੇ ਦੇ ਵਿੱਚ ਆ ਗਿਆ ਕੋਈ ਗਿਣਤੀ ਵਾਜ ਸ਼ਮਾਰਾ 70,000 ਬੱਚੇ ਨਾਲ ਨਮਰੂਦ ਕਾਫਰ ਨੇ ਕੀਤਾ ਹੁਕਾਰਾ ਹਜ਼ਰਤ ਇਬਰਾਹਿਮ ਸੀ ਰੱਬ ਦਾ ਖਾਸ ਪਿਆਰਾ ਉਹ ਵੀ ਸ਼ਿਕ ਮੰਦਰ ਸੀ ਮਾਈ ਦੇ ਨੂਰੀ ਚੰਨ ਚਮਕਾਰਾ ਦਾਈਆਂ ਜ਼ੋਰ ਬਥੇਰਾ ਲਾਉਂਦੀਆਂ ਮਗਰ ਚੱਲਦਾ ਨਹੀਂ ਕੋਈ ਚਾਰਾ ਜਦ ਮਾਰਨ ਜਾਵਣ ਉਸ ਨੂੰ ਉੱਤੋਂ ਹੋ ਜਾ ਚਾਟਾ ਇਸ਼ਾਰਾ ਐ ਇਬਰਾਹਿਮ ਖਲੀਲੁਲਾ ਤੈਨੂੰ ਆ ਗਿਆ ਹੁਕਮ ਫਾਰਾ ਇੱਥੇ ਪੋਸਟ ਮਾਈ ਦੀ ਛੁਪ ਜਾ ਮੇਰੇ ਦਿਲ ਦੇ ਮਹਿਰਮ ਯਾਰਾ ਐ ਤੈਨੂੰ ਕਿਹੜਾ ਮਾਰ ਦੂ ਜਦੋਂ ਮੈਂ ਆ ਰੱਖਣ ਹਾਰਾ ਉਸੇ ਵੇਲੇ ਆਣ ਕੇ ਇਹ ਕੈਸੇ ਜਵਾਬ ਕਰਕੇ ਦੱਸਦੇ ਆ ਇੱਕ ਦਿਨ ਲੈਲਾ ਨੇ ਨਿਆਜ਼ ਪਕਾਈ ਕਿਤੇ ਬਲੰਗਾ ਨੂੰ ਪਤਾ ਲੱਗ ਗਿਆ ਵੀ ਲੈਲਾ ਨੇ ਨਿਆਜ਼ ਪਕਾਈ ਆ ਉਹ ਮਜੀਆਂ ਮਜਨੂੰ ਨੂੰ ਕਹਿਣ ਲੱਗੇ ਵੀ ਤੇਰੀ ਲੈਲਾ ਨੇ ਅੱਜ ਨਿਆਜ਼ ਪਕਾਈ ਆ ਜਨਾਬ ਮਜਨੂੰ ਦਾ ਬੁਰਾ ਹਾਲ ਹੋਇਆ ਹੋਇਆ ਗਲ ਵਿੱਚ ਪਾਟੀਆਂ ਲੀਰਾਂ ਕੁੱਲ ਆਸ਼ਕਾਂ ਦੇ ਸਰਦਾਰ ਮੀਆਂ ਮਜਨੂੰ ਹੋਇਆ ਜਦੋਂ ਲੈਲਾ ਨੇ ਮਹੱਲਾ ਕੋ ਆ ਖੜੇ ਲੈਲਾ ਨੇ ਦੇਖਿਆ ਤੇ ਗੁੱਸੇ ਦੇ ਨਾਲ ਪਛਾਣ ਮੁੜ ਗਈ ਜੋ ਪਛਾਣ ਮੁੜ ਗਈ ਉਸੇ ਵੇਲੇ ਆਸ਼ਕ ਦੇ ਦੰਦ ਫਰਾਕ ਨੂੰ ਅੱਗ ਲੱਗ ਗਈ ਉਹਨੇ ਕਿਹਾ ਵੀ ਮੈਂ ਕਿਹਦੀ ਖਾਤਰ ਆਇਆ ਤੇ ਇਹ ਕੀ ਕਰਦੀ ਫਿਰਦੀ ਆ ਪਲਾਣ ਕੇ ਕੈਸੇ ਜਵਾਬ ਕਰਕੇ ਦੱਸਦੇ ਆ ਚਲਦੀ ਰਹਿਣ ਭੰਡਾਰੇ ਨੀ ਚਲਦੀ ਰਹਿਣ ਭੰਡਾਰੇ ਨੀ ਘਰ ਬਸਲ ਦਬਾ ਮੜੀ।
ਉਸ ਰਾਤੇ ਬਾਈ ਨੂੰ ਖੁਆਬ ਆਇਆ ਹੈ ਮਾਰੀ ਜਿਸ ਰੱਬ ਨੂੰ ਤੁਸੀਂ ਮੰਨਦੇ ਆ ਇਹ ਰੱਬ ਨਹੀਂ ਰੱਬ ਔਰ ਆ ਜਿਹਨੇ ਤੇਰੇ ਪਿੱਟੋਂ ਪੈ ਗੱਬਰ ਪੈਦਾ ਕਰਨਾ ਨਾਲੇ ਇਸ ਕਾਫਰ ਦਾ ਤਖਤਾ ਮੂਧਾ ਕਰਨਾ ਲਓ ਜੀ ਸੁੱਤੀ ਮਾਈ ਨੂੰ ਸੁਖਨਾ ਆ ਗਿਆ ਪਈ ਆਵਾਜ਼ ਬੁਲੰਦ ਕਰ ਵੀ ਤੇਰੇ ਰੱਬ ਨੇ ਮਾਈ ਦੇਣਾ ਇੱਕ ਫਰਜੰਦ ਸੋਹਣੀ ਸ਼ਕਲ ਰਾਨੀ ਮੁਖੜਾ ਉਹਦੇ ਮੋਤੀਆਂ ਵਰਗੇ ਦੰਦ ਜਦੋਂ ਆਵੇ ਵਖਤ ਪਤਾਇ ਦਾ ਬੈਜੀ ਲੰਬੜੇ ਪੰਧ ਵਿੱਚ ਪਹਾੜੀ ਗਾਰ ਦੇ ਤੇਰਾ ਰੱਬ ਲਾਇਆ ਸਰਬੰਧ ਬੈਜੀ ਨਾਲ ਯਕੀਨ ਦੇ ਕਰਕੇ ਜਗ੍ਹਾ ਪਸੰਦ ਸੱਤ ਸਾਲ ਵਿੱਚ ਗਾਰ ਦੇ ਉਸ ਲਾਲ ਨੂੰ ਰੱਖੀ ਬੰਦ ਕਿਤੇ ਯਾਰ ਨਾ ਕਰਦੀ ਉਸ ਨੂੰ ਪਾ ਨਾ ਦੇਵੀ ਡੰਡ ਉਹਨੇ ਬਲ ਬਲ ਕਾਫਰ ਮਾਰਨੇ ਦੇਣੇ ਨਾਲ ਤੀਰਾਂ ਦੇ ਛੰਡ ਇਹ ਕਰਕਾ ਟੈਂਕਾ ਬਚਣਾ ਦੀਨ ਦਾ ਦਊ ਤੋੜ ਕੁਫਰ ਦੇ ਤੰਦ ਸਦੀਕ ਦਰਜਾ ਮਲੂ ਪੈਗੰਬਰੀ ਚੜਨਾ ਚੌਦਵੀਂ ਰਾਤ ਦਾ ਚੰਦ ਪਲਾਣ ਕੇ ਕੈਸੇ ਜਵਾਬ ਕਰਕੇ ਦੱਸਦੇ ਆ ਕਹਿੰਦੇ ਮੇਰਾ ਮੀਰਾ ਗੌਸ ਪਾਕ ਆਇਆ ਇੱਕ ਦਿਨ ਸੁੱਤੀ ਪਈ ਆ ਨਾ ਜਾਗਦੀ ਆ ਨਾ ਸੁੱਤੀ ਪਈ ਆ ਭੱਜੀ ਫਿਰਦੀ ਆ ਬਾਜ਼ਾਰਾਂ ਚ ਉਹਨੂੰ ਇਹ ਖਬਰ ਹੋ ਗਈ ਵੀ ਮੇਰਾ ਸਰਕਾਰ ਆਇਆ ਇੱਕ ਸਹੇਲੀਆਂ ਦੇ ਨਾਲ ਜਵਾਬ ਕਰਦੀ ਆ ਪਲਾਣ ਕੇ ਕੈਸੇ ਜਵਾਬ ਕਰਕੇ ਦੱਸਦੀ ਆ ਬੈਂਡਾ
ਨਾ ਪਿਆ ਲਈ ਹੁਣ ਮਾਈ ਸੋਚਦੀ ਆ ਵੀ ਇਹ ਤਾਂ ਰੱਬ ਹੈ ਨੀ, ਰੱਬ ਤਾਂ ਰਾਤ ਖੁਆਬ ਚ ਹੋਰ ਮਿਲਿਆ, ਨਾਲੇ ਉਹਨੇ ਕਿਹਾ ਜੋ ਬੱਚੇ ਦੀ ਪੈਦਾਇਸ਼ ਦਾ ਟਾਈਮ ਆਵੇ ਫਲਾਨੀ ਪਹਾੜੀ ਕਾਰ ਚ ਚੱਲ। ਹੁਣ ਮਾਈ ਸੋਚ ਸੋਚ ਕੇ ਉਹਨੇ ਕਿਹਾ ਵੀ ਜੇ ਮੈਂ ਅੱਜ ਨੂੰ ਦੱਸਦੀ ਆ ਉਹ ਵੀ ਤਾਂ ਉਸੇ ਰੱਬ ਨੂੰ ਮੰਨਦਾ ਜਿਹਨੇ 70,000 ਬੱਚਾ ਮਰਵਾਤਾ। ਸੋਚ ਸੋਚ ਕੇ ਬੁੱਢੀਆਂ ਵਾਲਾ ਤੰਗ ਕਰਕੇ ਪਾਉ ਫੱਟੀ ਦਿਨ ਚੜ ਪਿਆ ਜਾਂ ਜਾਗਿਆ ਕੁਲ ਜਹਾਨ। ਮਾਈ ਆ ਜਾ ਤਾਈ ਸਦਕੇ ਕਰਦੀ ਇਹ ਬਿਆਨ, ਮੂੰਹ ਛੋਟਾ ਗੱਲ ਵੱਡੀ ਆ ਮੇਰੇ ਸੁਲਤਾਨ, ਮੇਰਾ ਕਹਿਣ ਨੂੰ ਹਜਾ ਨਹੀਂ ਪੈਂਦਾ, ਮੇਰੀ ਰਹਿੰਦੀ ਨਹੀਂ ਜ਼ਬਾਨ। ਬੁੱਢੀਆਂ ਮਾਈਆਂ ਔਰਤਾਂ ਮੈਨੂੰ ਕਰਦੀਆਂ ਇਹ ਐਲਾਨ, ਤੈਨੂੰ ਬੱਚਾ ਬੱਚੀ ਹੋਵਣਾ ਤੇਰੀ ਬਚਣੀ ਹੈ ਨਹੀਂ ਜਾਨ, ਕੋਈ ਢੰਗ ਬਣਾ ਲਾ ਬਚਣ ਦਾ, ਤੇਰੀ ਮੁਸ਼ਕਲ ਹੋਵੇ ਆਸਾਨ। ਮੈਂ ਸੁਣ ਸੁਣ ਗੱਲਾਂ ਉਹਨਾਂ ਦੀਆਂ ਹੋ ਗਈ ਬਹੁਤ ਹੈਰਾਨ, ਮੇਰਾ ਦਿਲ ਫਿਕਰਾਂ ਵਿੱਚ ਪੈ ਗਿਆ, ਮੇਰੇ ਮਾਰੇ ਗਏ ਆਸਾਨ ਇੱਕ ਢੰਗ ਆ ਮੇਰੇ ਬਚਣ ਦਾ, ਜੇ ਮੰਨੇ ਤੂੰ ਪ੍ਰਵਾਨ ਇੱਕ ਗੜਬਾ ਪਰਲਾ ਪਾਣੀ ਦਾ ਹੋ ਜਾ ਚੱਟਰਬਾਨ, ਬੁੱਤਖਾਨੇ ਵਿੱਚ ਜਾ ਕੇ ਜਿਹੜਾ ਬੁੱਤ ਬੜਾ ਪ੍ਰਧਾਨ ਮੱਥਾ ਟੇਕੀ ਉਸ ਨੂੰ ਹੋ ਕੇ ਅੰਤ ਧਿਆਨ, ਸਵਾ ਮਹੀਨਾ ਜਾ ਕੇ ਤੂੰ ਬੈਠ ਕਰੀ ਗਈ ਰਾਮ, ਤੂੰ ਮਿੰਨਤਾਂ ਕਰੀ ਆਪਣੇ ਰੱਬਾਂ ਦੀਆਂ ਜੇ ਬਚ ਜਾਏ ਮੇਰੀ ਜਾਨ। ਉਹ ਕਹਿਣ ਲੱਗੀ ਬੁੱਢੀਆਂ ਮਾਈਆਂ ਔਰਤਾਂ ਮੈਨੂੰ ਇਹ ਗੱਲ ਕਹਿੰਦੀਆਂ ਵੀ ਨਾ ਤੇਰੀ ਜ਼ਿੰਦਗੀ ਬਚਣੀ ਨਾ ਤੇਰੇ ਬੱਚੇ ਦੀ, ਤੇਰੀ ਜ਼ਿੰਦਗੀ ਤਦ ਬਚ ਸਕਦੀ ਹੈ ਜੇ ਤੇਰਾ ਖਾਮਤ ਜਾ ਕੇ ਆਪਣੇ ਰੱਬਾਂ ਦੀ ਸਵਾ ਮਹੀਨਾ ਪੂਜਾ ਪਾਠ ਕਰੇ। ਉਹਨੇ ਕਿਹਾ ਕਮਲੀਏ ਜੇ ਤੇਰੀ ਜ਼ਿੰਦਗੀ ਬਚ ਜਾਏ ਮੈਂ ਤਾਂ ਉੱਥੋਂ 6 ਮਹੀਨੇ ਨਹੀਂ ਮੁੜਦਾ, ਨਾਲੇ ਉਹਨਾਂ ਨੂੰ ਮੱਥਾ ਟੇਕਣਾ, ਨਾਲੇ ਲੱਡੂ ਪੇੜੇ ਚੜਾਉਣੇ, ਨਾਲੇ ਮੂੰਹੋਂ ਰੱਬ ਜੀ ਕਹਿਣਾ। ਲਓ ਜੀ ਅੱਗੇ ਹਾਜ਼ਰ ਬੋਲਿਆ ਨਾ ਕਰ ਗਿਰਿਆ ਜਾਰੀ, ਮੈਂ ਬੁੱਤਖਾਨੇ ਵਿੱਚ ਜਾ ਕੇ ਕਰੂੰਗਾ ਮਿੰਨਤਾਂ ਦਾਰੀ ਤੇ ਜ਼ਿੰਦਗੀ ਤੇਰੀ ਬਚ ਜਾਏ, ਮੈਨੂੰ ਕੀ ਮੁਸ਼ਕਿਲ ਆ ਭਾਰੀ। ਉਸੇ ਵੇਲੇ ਆਜਰ ਨੇ ਕਰ ਲਈ ਝੱਟ ਤਿਆਰੀ, ਕੁਝ ਲੱਡੂ ਪੇੜੇ ਲੈ ਲਏ, ਹੋਰ ਮਠਿਆਈ ਸਾਰੀ, ਹਲਵਾ ਪੂਰੀ, ਸੀਨੀ ਭਾਜੀ ਤੇ ਤਰਕਾਰੀ, ਘੇ ਪਾ ਕੇ ਕੁੱਟਿਆ ਚੂਰਮਾ ਜੋ ਆਰਡਰ ਸੀ ਸਰਕਾਰੀ, ਇੱਕ ਗੜਬਾ ਭਰ ਲਿਆ ਪਾਣੀ ਦਾ, ਤੁਰ ਪਿਆ ਲਿਆ ਨਿਹਾਰੀ, ਬੁੱਤਖਾਨੇ ਵਿੱਚ ਜਾ ਕੇ ਲਾ ਕੇ ਬਹਿ ਗਿਆ ਤਾੜੀ, ਕੱਲੇ ਕੱਲੇ ਬੁੱਤ ਨੂੰ ਮੱਥਾ ਟੇਕੇ ਬਾਰੋ ਬਾਰੀ, ਵੱਡੇ ਬੁੱਤ ਕੋ ਬੈਠ ਕੇ ਹੱਥ ਬੰਨ ਕੇ ਅਰਜ ਗੁਜ਼ਾਰੀ, ਕਹਿੰਦਾ ਤੂੰ ਠਾਕਰ ਮਹਿਮੂਦ ਆ, ਤੇਰਾ ਨਾਮ ਬੜਾ ਬਲਕਾਰੀ, ਸਭਨਾ ਉੱਤੇ ਠਾਕਰਾਂ ਤੇਰੀ ਚੱਲਦੀ ਆ ਸਰਦਾਰੀ, ਤੇਰੇ ਅੱਗੇ ਕਿਸੇ ਨੇ ਬੋਲਣਾ ਕਰਨੀ ਨਹੀਂ ਅਨਕਾਰੀ, ਮੇਰੇ ਘਰੋਂ ਸਖਤ ਬਿਮਾਰ ਆ ਰਹਿੰਦੀ ਨਿਦਖਿਆਰੀ, ਲੱਖਾਂ ਬੈਦ ਹਕੀਮਾਂ ਨੇ ਆ ਕੇ ਕੀਤੀ ਕਾਰੀ, ਓੜਕ ਥੱਕ ਕੇ ਬੈਠ ਗਏ ਹਰਦੀ ਨਹੀਂ ਬਿਮਾਰੀ, ਜੇ ਰਾਜੀ ਕਰ ਦੋ ਉਸ ਨੂੰ ਐ ਮੇਰੇ ਰੱਬ ਗਫਾਰੀ, ਇੱਕ ਬੁੱਤਖਾਨੇ ਚ ਆ ਕੇ ਤੁਹਾਡੀ ਦਊਂਗਾ ਨਿਤ ਪੁਜਾਰੀ, ਨਾਲੇ ਦੋ ਦੋ ਲੱਡੂ ਚੜਾਈ ਜਾਂਦਾ, ਨਾਲੇ ਕਹਿੰਦਾ ਮੇਰੇ ਘਰੋਂ ਬਿਮਾਰ ਆ, ਜੇ ਰਾਜੀ ਕਰ ਦੋ 5-7 ਦਿਨ ਆ ਕੇ ਇਸੇ ਤਰ੍ਹਾਂ ਤੁਹਾਡੀ ਪੂਜਾ ਪਾਠ ਕਰੂੰ ਬਲਾਣ ਕੇ, ਕੈਸਾ ਜਵਾਬ ਕਰਕੇ ਦੱਸਦੇ ਆ। ਹੀਰ ਸੱਠ ਸਹੇਲੀਆਂ ਲੈ ਕੇ ਸਹਿਲ ਵਾਸਤੇ ਜਾਂਦੀ ਆ, ਉਹ ਆਪਣਾ ਨਾਂ ਦੱਸਦੀ ਆ ਤੇ ਉਹ ਆਪਣਾ ਨਾਂ ਦੱਸਦੀ ਆ, ਪਲਾਸ਼ ਤੁੰਬੇ ਵਾਲਿਆ ਤੇਰਾ ਕਿਹੜੇ ਕਿਹੜੇ ਜਵਾਬ ਕਰਨ ਲੱਗਦੀ ਆ। ਤੂੰ ਤਾਂ
ਸੈਲ ਤੱਕ ਰਾ